ਪੰਜਾਬ ਦੇ ਵਿੱਚ ਕਰੋਨਾ ਕਹਿਰ ਲਗਾਤਾਰ جاری ਹੈ ਆਏ ਦੁਨ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਤੇ ਮੌਤਾਂ ਵੀ ਜਿਹੜੀਆਂ ਕਰੋਨਾ ਦੇ ਨਾਲ ਬਹੁਤ ਜ਼ਿਆਦਾ ਹੋ ਰਹੀਆਂ ਨੇ ਪੂਰੇ ਦੇਸ਼ ਦੇ ਵਿੱਚ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਤੱਕ ਬਹੁਤ ਸਾਰੇ ਕੇਸ ਆ ਜਿਹੜੇ ਸਾਹਮਣੇ ਆ ਚੁੱਕੇ ਆ ਪਰ ਫਿਲਹਾਲ ਜਲੰਧਰ ਦੇ ਵਿੱਚ ਉਹ 8 ਹੋਰ ਨਵੇਂ ਕੇਸ ਜਿਹੜੇ कोरोना पॉजिटिव ਦੇ ਸਾਹਮਣੇ ਆਇਆ ਜਲੰਧਰ ਦੇ ਵਿੱਚੋ ਹਰ ਰੋਜ਼ ਨਵੇਂ ਮਾਮਲੇ ਸਾਹਮਣੇ ਆ ਰਿਹਾ ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਜਲੰਧਰ ਦੇ ਵਿੱਚੋ করোনা ਦੇ ਮਰੀਜ਼ ਸਾਹਮਣੇ ਨਹੀਂ ਆ ਰਹੇ ਹਰ ਰੋਜ਼ করোনা ਦੇ ਪੋਜ਼ੀਟਿਵ ਦੇ ਮਰੀਜ਼ ਜਿਹੜੇ ਆ ਜਲੰਧਰ ਦੇ ਵਿੱਚੋ ਸਾਹਮਣੇ ਆ ਰਹੇ ਨੇ ਅੱਜ ਵੀ 8 ਮਰੀਜ਼ ਆ ਜਿਹੜੇ করোনা ਪੋਜ਼ੀਟਿਵ ਦੇ ਉਹ ਜਲੰਧਰ ਦੇ ਵਿੱਚੋ ਸਾਹਮਣੇ ਆ ਤੁਹਾਨੂੰ ਦੱਸ ਦਿੰਦੇ ਨੇ ਇਹਨਾਂ ਦੇ ਵਿੱਚ ਜਿਹੜਾ ਇੱਕ ਮਰੀਜ਼ ਹੈਗਾ ਕਬੂਲਪੁਰ ਅਤੇ ਇੱਕ ਲਾਡੇ ਲਾਡੋਵਾਲੀ ਅਤੇ ਇੱਕ ਪਿੰਡ ਸ਼ੇਕੋ ਦਾ ਰਹਿਣ ਵਾਲਾ ਤੇ ਇਸ ਦੇ ਵਿੱਚ ਤੁਹਾਨੂੰ ਦੱਸਦੇ ਨੇ ਕਿ ਦੋ ਮਹਿਲਾਵਾਂ ਤੇ ਇੱਕ ਜਿਹੜਾ ਨੌਜਵਾਨ ਆ ਅਵਤਾਰ ਨਗਰ ਦਾ ਰਹਿਣ ਵਾਲਾ ਤੇ ਤੁਹਾਨੂੰ ਨਾਲ ਹੀ ਨਾਲ ਇਹ ਵੀ ਦੱਸ ਚੱਲਦੇ ਆਂਗੇ ਕਿ ਦੋ ਇਸ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਆ ਜੋ ਥਾਣਾ ਡਿਵੀਜ਼ਨ 4 ਦੇ ਦੱਸੇ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਇੱਕ ਐਸਆਈ ਅਤੇ ਇੱਕ ਕੰਪਿਊਟਰ ਆਪਰੇਟਰ ਹੈ ਇਹਨਾਂ ਦੇ ਵਿੱਚ ਦੋ ਜਿਹੜੇ ਹੋਰ ਮੁਲਾਜ਼ਮ ਹੈ ਤੇ ਜਿਹੜੇ ਕਰੋਨਾ ਦੀ ਚਪੇਟ ਦੇ ਵਿੱਚ ਆਇਆ ਤੇ ਅੱਠ ਟੋਟਲ ਜਿਹੜੇ ਆ ਮਾਮਲੇ ਕਰੋਨਾ ਦੇ ਜਲੰਧਰ ਦੇ ਵਿੱਚ ਅੱਜ ਸਾਹਮਣੇ ਆਇਆ ਅੰਕੜੇ ਦਿਨੋ ਦਿਨ ਵਧਦੇ ਜਾ ਰਿਹਾ ਹੁਣ ਤੱਕ ਅੰਕੜਿਆਂ ਦੀ ਗੱਲ ਕੀਤੀ ਜਾਵੇ ਤੇ ਤਾਂ ਜਲੰਧਰ ਦੇ ਵਿੱਚ 351 ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਆ ਜਿਹੜੇ ਜਲੰਧਰ ਦੇ ਅੰਕੜੇ ਆ ਦਿਨੋ ਦਿਨ ਵਧਦੇ ਜਾ ਰਹੇ ਆ ਕਿਤੇ ਨਾ ਕਿਤੇ ਅ ਲੋਕਾਂ ਦੀ ਲਾਪਰਵਾਹੀ ਵੀ ਵੱਡੀ ਸਾਹਮਣੇ ਆ ਰਹੀ ਹੈ ਕਿਉਂਕਿ ਜਦੋਂ ਤੋਂ ਲਾਕਡਾਊਨ ਲੱਗਿਆ ਤੇ ਕਰਫਿਊ ਖੁੱਲਿਆ ਉਦੋਂ ਤੋਂ ਹੀ ਕਾਫੀ ਸਾਰੀਆਂ ਜਿਹੜੀਆਂ ਰਾਹਤਾਂ ਦਿੱਤੀਆਂ ਗਈਆਂ ਲੋਕਾਂ ਨੂੰ ਉਹਨਾਂ ਦਾ ਕਿਤੇ ਨਾ ਕਿਤੇ ਲੋਕ ਨਾਜਾਇਜ਼ ਫਾਇਦਾ ਵੀ ਚੁੱਕਦੇ ਨਜ਼ਰ ਆ ਰਿਹਾ ਹਰ ਥਾਂ ਭੀੜ-ਪੜੱਕਾ ਦਿਖਦਾ ਆ ਤੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਕਿਤੇ ਵੀ ਨਹੀਂ ਰੱਖਿਆ ਜਾਂਦਾ ਚਾਹੇ ਉਹ ਸਬਜ਼ੀ ਮੰਡੀ ਹੋਵੇ ਚਾਹੇ ਬਾਜ਼ਾਰ ਹੋਵੇ ਜਾਂ ਫਿਰ ਕੁਝ ਵੀ ਹੋਵੇ ਗਲੀ ਮੁਹੱਲਿਆਂ ਦੇ ਵਿੱਚ ਵੀ ਹੁਣ ਲੋਕ ਆਮ ਹੀ ਪਹਿਲਾਂ ਵਾਂਗ ਆਮ ਜਿਹਾ ਮਾਹੌਲ ਹੋ ਚੁੱਕਿਆ ਪਰ कोरोना ਦਾ ਮਾਹੌਲ ਹੈ ਜਿਹੜਾ ਉਹ ਲਗਾਤਾਰ ਵਿਗੜਦਾ ਜਾ ਰਿਹਾ ਹੁਣ ਤੱਕ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚੋਂ 1725 ਜਿਹੜੇ ਮਾਮਲੇ ਆ ਹੁਣ ਤੱਕ করোনা ਦੇ ਸਾਹਮਣੇ ਆ ਚੁੱਕੇ ਆ ਅਤੇ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਤੱਕ ਜਿਹੜੀਆਂ ਮੌਤਾਂ ਨੇ ਉਹ 67 ਪਹੁੰਚ ਚੁੱਕਿਆ ਮੌਤਾਂ ਦਾ ਅੰਕੜਾ ਪੰਜਾਬ ਦੇ ਵਿੱਚ ਹੁਣ ਤੱਕ 67 ਮੌਤਾਂ ਹੋ ਚੁੱਕੀਆਂ ਨੇ 725 ਮਾਮਲੇ ਜਿਹੜੇ ਪੰਜਾਬ ਦੇ ਵਿੱਚ ਐਕਟਿਵ ਨੇ ਤੇ ਟੋਟਲ ਜੇ ਗੱਲ ਕੀਤੀ ਜਾਵੇ ਤਾਂ 3140 ਮਾਮਲੇ ਹੁਣ ਤੱਕ ਪੰਜਾਬ ਦੇ ਵਿੱਚੋਂ ਸਾਹਮਣੇ ਆ ਚੁੱਕੇ ਆ ਅਤੇ ਜਿਨ੍ਹਾਂ ਦੇ ਵਿੱਚੋਂ 2356 ਜਿਹੜੇ ਲੋਕ ਐ ਉਹ ਠੀਕ ਹੋ ਕੇ ਆਪੋ ਆਪਣੇ ਘਰ ਜਾ ਚੁੱਕੇ ਆ ਫਿਲਹਾਲ ਇਸ ਵੇਲੇ ਦੀ ਵੱਡੀ ਅਪਡੇਟ ਇਹ ਹੀ ਸੀ ਕਿ ਜਲੰਧਰ ਦੇ ਵਿੱਚੋਂ 8 ਹੋਰ ਕੋਰੋਨਾ ਪੋਜ਼ਿਟਿਵ ਜਿਹੜੇ ਮਾਮਲੇ ਆ ਉਹ ਸਾਹਮਣੇ ਆਏ ਨੇ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਚੱਕ ਦੇ ਟੀਵੀ ਫੇਸ ਮਾਸਕ ਮੈਨੂਫੈਕਚਰਰ factory capacity half million mask per day 2 and 3 ply disposable face mask 3 ply disposable face mask with nose wire rn95 respirator face mask adjustable nose piece for ultimate comfort for bulk order and more information www.risley.org